ਸਧਾਰਨ ਪਰਿਵਾਰ ਆ, ਉਹਨੂੰ 2500 ਰੁਪਈਆ ਮਿਲ ਗਿਆ ਮੰਥਲੀ, ਅਸੀਂ ਉਹਨਾਂ ਨੂੰ ਪੈਨਸ਼ਨ ਦੇਵਾਂਗੇ। ਉਹਦੇ ਲਈ ਅਸੀਂ ਹੋਰ ਵੀ ਉਹਨਾਂ ਦੇ ਬਹੁਤ ਜ਼ਿਆਦਾ ਆਦਮੀ ਹਾਂ, ਉੱਥੋਂ ਬਗਾਨੇ ਮੁਲਕ 'ਚੋਂ ਜਿਵੇਂ ਉਹਨਾਂ ਨੇ ਸਾਡੀ ਇੱਥੇ ਡੈੱਡ ਬੋਡੀ ਭੇਜਣ ਦੀ ਮਦਦ ਕੀਤੀ, ਉਹਦੇ ਲਈ ਅਸੀਂ ਉਹਨਾਂ ਦੇ ਸ਼ੁਕਰ ਗੁਜ਼ਾਰ ਹਾਂ। ਸਾਡੇ ਦੁੱਖ 'ਚ ਸ਼ਾਮਿਲ ਹੋਏ ਉਹਨਾਂ ਦੀ ਸਾਰੀ ਟੀਮ, ਜੋ ਵੀ ਉਹ ਟਰੱਸਟ ਹੈ ਉਹਨਾਂ ਦਾ ਕੰਮ ਕਰਦਾ, ਅੱਗੇ ਵੀ ਉਹ ਲੋਕ ਭਲਾਈ ਲਈ ਲੋਕ ਉਹਨਾਂ ਨੂੰ ਜਾਣਦੇ। ਸੋ ਅੱਜ ਜੇ ਉਹਨਾਂ ਨੇ ਦੁੱਖ ਦੀ ਘੜੀ 'ਚ ਸਾਡੇ 'ਚ ਸ਼ਾਮਿਲ, ਉਹਨਾਂ ਨੇ ਸਾਡੀ ਸਾਥ ਦਿੱਤਾ, ਅਸੀਂ ਉਹਨਾਂ ਦੇ ਸ਼ੁਕਰ ਗੁਜ਼ਾਰ ਹਾਂ। ਕੀ ਨਾਮ ਸੀ ਬੇਟੇ ਦਾ ਅਤੇ ਕਿੰਨੀ ਉਮਰ ਸੀ? ਸੁਖਵੀਰ ਸਿੰਘ ਉਹਦਾ ਨਾਂ ਸੀਗਾ ਅਤੇ 23 ਸਾਲ ਉਹਦੀ ਉਮਰ ਸੀ, ਅਤੇ 7 ਕੁ ਮਹੀਨੇ ਪਹਿਲਾਂ ਉਹ ਇੱਥੋਂ ਦੁਬਈ ਗਿਆ ਹੈ। ਪਹਿਲਾਂ ਵੀ ਗਿਆ ਸੀ ਲੇਕਿਨ ਉਹ ਆਇਆ ਸੀ ਛੁੱਟੀ ਕੱਟ ਕੇ ਅਤੇ ਦੁਬਾਰੇ ਗਿਆ ਹੈ। ਹਾਂ, ਇਕੱਲਾ ਇਕੱਲਾ ਸੀ। ਕੀ ਹੋਇਆ ਜੀ ਇੱਥੇ? ਹੋਇਆ ਕੀ? ਇਹ ਬਾਪ ਨੇ ਉਹਨਾਂ ਦੇ, ਗੁਰਮੁਖ ਸਿੰਘ, ਉੱਥੇ ਹਾਰਟ ਅਟੈਕ ਦੇ ਨਾਲ ਉਹ ਟਰੱਕ ਦਾ ਕੰਮ ਕਰਦਾ ਸੀ, ਟਰੱਕ ਚਲਾਉਣ ਦਾ, ਅਤੇ ਉਹ ਟਰੱਕ ਦੇ ਵਿੱਚ ਕੋਈ ਆਰਾਮ ਕਰਨ ਲਈ ਸੁੱਤਾ ਸੀ, ਉੱਥੇ ਉਹ ਮੌਤ ਹੋਈ ਤੁਸੀਂ ਉਹਨੂੰ ਦੇਖਿਆ, ਜੋ ਸਾਨੂੰ ਜਾਣਕਾਰੀ ਮਿਲੀ ਉਹ ਹਾਰਟ ਅਟੈਕ ਹੋਇਆ। ਅੱਜ ਇੱਥੇ ਆਏ ਹਾਂ, ਅੱਜ ਇੱਕ ਜਿਹੜੀ ਆ ਉਹ ਡੈੱਡ ਬੋਡੀ ਦੁਬਈ ਤੋਂ ਪਹੁੰਚੀ ਹੈ ਜੀ। ਇਹ ਸੁਖਵੀਰ ਸਿੰਘ ਮੁੰਡਾ ਸੀ 23 ਸਾਲ ਦਾ, ਜਿਹਦੀ ਦੁਬਈ ਦੇ ਵਿੱਚ ਹਾਰਟ ਅਟੈਕ ਕਾਰਨ ਪਿਛਲੇ 15 ਦਿਨਾਂ ਤੋਂ ਉਹਦੀ ਡੈੱਥ ਹੋ ਗਈ ਸੀ। ਅਤੇ ਪਰਿਵਾਰ ਨੂੰ ਇੱਥੇ ਜਦੋਂ ਉਹਨਾਂ ਨੂੰ ਪਤਾ ਲੱਗਾ ਅਤੇ ਇਹਨਾਂ ਕੋਲ ਕੋਈ ਸੋਰਸ ਨਹੀਂ ਸੀ ਉੱਥੋਂ ਡੈੱਡ ਬੋਡੀ ਲਿਆਉਣ ਦਾ, ਉਹਨਾਂ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਹੜਾ ਸੀ ਉਹਦੇ ਨਾਲ ਸਾਡੇ ਨਾਲ ਕੰਟੈਕਟ ਕੀਤਾ। ਅਤੇ ਇੱਥੋਂ ਜਿਹੜੀ ਤਰਨ ਤਰਨ ਵਾਲੀ ਟੀਮ ਹੈ, ਉੱਥੋਂ ਦੇ ਪ੍ਰਧਾਨ ਪ੍ਰਿੰਸੀ, ਇੱਥੋਂ ਦੀ ਇੱਕ ਕੋਆਰਡੀਨੇਸ਼ਨ ਜੀ ਬਣਾ ਕੇ, ਅਤੇ ਫਿਰ ਜਦੋਂ ਅਸੀਂ ਦੁਬਈ ਦੇ ਵਿੱਚ ਅਬਰਾਈ ਸਾਹਿਬ ਨੂੰ ਇਸ ਚੀਜ਼ ਦਾ ਪਤਾ ਲੱਗਾ ਅਤੇ ਉਹਨਾਂ ਨੇ ਫਿਰ ਉੱਥੋਂ ਯਤਨ ਕਰਕੇ ਅਤੇ ਡੈੱਡ ਬੋਡੀ ਜਿਹੜੀ ਹੈ ਅੱਜ ਉਸ ਲੜਕੇ ਦੀ ਇੱਥੇ ਲਿਆਂਦੀ।